ਲੈ ਵੀ ਮਿੱਤਰੋ, ਇਸ ਤਰ੍ਹਾਂ ਦੇ ਨਹਾਉਣ ਨਾਲੋਂ ਤਾਂ ਨਾ ਨਹਾਉਣਾ ਚੰਗਾ। ਜੇ ਆਪਾਂ ਜਾਨ ਹੀ ਗਵਾ ਲੈਣੀ ਹੈ ਨਾ ਇਹਦੇ ਨਾਲੋਂ ਤਾਂ ਨਾ ਨਹਾਓ, ਬਿਨਾਂ ਨਹਾਤੇ ਸਰ ਜੂਗਾ। ਪਰ ਮਾਪਿਆਂ ਦੇ ਇਕਲੌਤੇ ਪੁੱਤ ਵਾਪਸ ਨਹੀਂ ਆਉਂਦੇ, ਫਿਰ ਦੇਖ ਲਓ ਦੋ ਜਣੇ ਇੱਕੋ ਟਿਊਬ 'ਚ ਜਦੋਂ ਜਹਿਦ ਕਰ ਰਹੇ ਹਾਂ ਬਚਣ ਲਈ। ਇੱਕ ਦਾ ਹੱਥ ਟਿਊਬ ਤੋਂ ਛੁੱਟ ਗਿਆ, ਰੱਸੀ ਉਹਦੇ ਹੱਥ 'ਚ ਹਲੇ ਹੈਗੀ ਆ, ਰੱਸੀ ਵੀ ਛੁੱਟ ਗਈ। ਉਹ ਜਾ ਰਿਹਾ ਉਹ ਤਾਂ, ਅਤੇ ਇੱਕ ਹਲੇ ਉਸ ਟਿਊਬ ਦੇ ਵਿੱਚ ਜਦੋਂ ਜਹਿਦ ਕਰ ਰਿਹਾ ਆਪਣੀ ਜਾਨ ਬਚਾਉਣ ਦੇ ਲਈ, ਪਰ ਪਾਣੀ ਉਸ ਸਾਈਫਨ ਦਾ ਇੰਨੀ ਤੇਜ਼ੀ ਨਾਲ ਉੱਥੇ ਡਿੱਗ ਰਿਹਾ ਕਿ ਉਸਨੂੰ ਪੂਰੇ ਝੱਲੇ ਦੇ ਰਿਹਾ। ਉਹ ਦੂਜਾ ਕਿਨਾਰੇ ਤੱਕ ਸ਼ਾਇਦ ਪਹੁੰਚ ਜਾਵੇ। ਜਦੋਂ ਜਹਿਦ ਤਾਂ ਲੋਕ ਕਰ ਰਹੇ ਹਾਂ ਰੱਸੀਆਂ ਨਾਲ ਬਚਾਉਣ ਦੀ, ਪਰ ਪਾਣੀ ਦਾ ਬਹਾਅ ਇੰਨਾ ਹੈ, ਪਾਣੀ ਟੱਕਰ ਖਾ ਕੇ ਇੱਕੋ ਥਾਂ ਉਸ ਬੱਚੇ ਨੂੰ ਘੁਮਾਈ ਜਾ ਰਿਹਾ। ਲੱਗਦਾ ਨਹੀਂ ਵੀ ਇਹਦੀ ਜਾਨ ਬਚੂਗੀ। ਇੱਕ ਮੁੰਡਾ ਹੁਣ ਕੋਸ਼ਿਸ਼ ਤਾਂ ਕਰਨ ਲੱਗਿਆ, ਪਰ ਪਾਣੀ ਦਾ ਬਹਾਅ ਆ ਜਿਹੜਾ ਬਹੁਤ ਜ਼ਿਆਦਾ ਤੇਜ਼ ਆ, ਪਰ ਦੇਖੋ ਸ਼ਾਇਦ ਇਹ ਜਾਨ ਵੀ ਬਚਾ ਲਵੇ। ਜਿਸ ਹਿਸਾਬ ਨਾਲ ਪਾਣੀ ਦਾ ਬਹੁਤ ਤੇਜ਼ ਆ, ਇਹ ਵੀ ਉਹ ਦੇਖੋ ਉਹਦੇ ਵੀ ਹੱਥੋਂ ਰੱਸੀ ਛੁੱਟ ਗਈ ਅਤੇ ਪਾਣੀ ਉਹਨੂੰ ਵਹਾ ਕੇ ਅੱਗੇ ਲੈ ਗਿਆ, ਅਤੇ ਇਹ ਬੱਚਾ ਹਲੇ ਵੀ ਉੱਥੇ ਹੀ ਟਿਊਬ ਦੇ ਨਾਲ ਘੁੰਮ ਰਿਹਾ ਜਦੋਂ ਜਹਿਦ ਕਰ ਰਿਹਾ। ਪਰ ਕਿੰਨੀ ਦੇਰ ਕਰੂਗਾ, ਆਖਿਰਕਾਰ ਜਦੋਂ ਦਮ ਟੁੱਟ ਜਾਣਾ, ਸਾਹ ਚੜ੍ਹਨਾ, ਇਹ ਟਿਊਬ ਤੋਂ ਵੀ ਹੱਥ ਛੁੱਟ ਜਾਣੇ ਆ। ਸੋ ਇੱਕ ਤਾਂ ਕਿਨਾਰੇ ਲੱਗ ਗਿਆ, ਪਰ ਇਹਦੀ ਜੋ ਜਾਨ ਆ ਉਹ ਪੂਰੀ ਮੁਸ਼ਕਿਲ 'ਚ ਫਸੀ ਹੋਈ ਆ। ਹੱਥ ਛੁੱਟ ਗਏ ਉਹਦੇ ਵੀ ਟਿਊਬ ਤੋਂ, ਅਤੇ ਉਹ ਉਸ ਗਹਿਰੇ ਪਾਣੀ ਦੇ ਵਿੱਚ ਘੁੰਮ ਰਿਹਾ। ਪਾਣੀ ਉਸਨੂੰ ਉਹ ਦੇਖੋ ਵਹਾ ਕੇ ਲੈ ਗਿਆ ਆਪਣੇ ਨਾਲ, ਅਤੇ ਇਸਨੂੰ ਤੈਰਨਾ ਵੀ ਨਹੀਂ ਆਉਂਦਾ। ਦੂਜਾ ਬੱਚਾ ਤਾਂ ਤੈਰ ਕੇ ਬਾਹਰ ਚਲੇ ਗਿਆ। ਕੋਸ਼ਿਸ਼ ਤਾਂ ਕਰੀ ਉੱਧਰੋਂ ਨੌਜਵਾਨਾਂ ਨੇ, ਕਈ ਨੇ ਛਾਲਾਂ ਮਾਰੀਆਂ, ਪਰ ਉਹ ਨੌਜਵਾਨ ਦੁਬਾਰਾ ਉੱਪਰ ਆਇਆ ਨਹੀਂ, ਪਾਣੀ ਦੇ ਵਿੱਚ ਹੀ ਲਹਿਰਾਂ ਦੇ ਗੁੰਮ ਹੋ ਗਿਆ ਉਹ। ਸੋ ਪਤਾ ਨਹੀਂ ਕਿਉਂ ਆਪਣੀਆਂ ਜਾਨਾਂ ਜੋਖਮ ਦੇ ਵਿੱਚ ਪਾ ਕੇ ਕਿਸੂਆਂ ਨਹਿਰਾਂ 'ਤੇ ਲੋਕ ਨਹਾਉਣ ਜਾਂਦੇ ਆ, ਖਾਸ ਕਰਕੇ ਜਿਨ੍ਹਾਂ ਨੂੰ ਤੈਰਨਾ ਨਹੀਂ ਆਉਂਦਾ, ਉਹਨਾਂ ਨੇ ਆਪਣੀ ਨੌਜਵਾਨ ਨੇ ਜਾਨ ਗੁਆ ਦਿੱਤੀ ਹੈ।